ਸਤਿ ਸ਼੍ਰੀ ਅਕਾਲ ਦੋਸਤੋ। ਸੋ ਦੋਸਤੋ, ਕੈਨੇਡਾ ਆਪਣੀ ਇਮੀਗ੍ਰੇਸ਼ਨ ਪਾਲਿਸੀਜ਼ ਇੱਕ ਤਰੀਕੇ ਨਾਲ ਰਿਵਾਈਜ਼ ਕਰਨ ਲੱਗਾ ਆ। ਕੈਨੇਡਾ ਆਪਣੇ ਪ੍ਰੋਸੈਸਿੰਗ ਟਾਈਮ ਨੂੰ ਟੋਟਲੀ ਰਿਵਾਈਜ਼ ਕਰਨ ਲੱਗਾ, ਇਹਦੇ ਬਾਰੇ ਜਾਣਕਾਰੀ ਹੋਏਗੀ। ਬਿਕੋਜ਼ ਜਿੰਨੀ ਕੁ ਕੈਨੇਡਾ ਦੇ ਵਿੱਚ ਬੈਕਲੌਗ ਨੂੰ ਲੈ ਕੇ ਸਮੱਸਿਆ ਆ, ਫਾਈਨਲੀ ਉਹਨਾਂ ਦੀ ਮਿਨਿਸਟਰੀ ਨੇ ਵੀ ਐਡਮਿਟ ਕੀਤਾ ਹੈ। ਸੋ ਟੋਟਲ ਇਸ ਵੀਡੀਓ 'ਚ ਇਸੇ ਬਾਰੇ ਚਰਚਾ ਕਰਾਂਗੇ। ਸੋ ਦੋਸਤੋ, ਕੈਨੇਡਾ ਨੇ $85 ਮਿਲੀਅਨ ਇਨਵੈਸਟ ਕਰਨ ਦਾ ਫੈਸਲਾ ਕੀਤਾ ਹੈ। ਕਿਸ ਚੀਜ਼ ਦੇ ਉੱਪਰ? ਜਸਟ ਕਿ ਜਿਹੜਾ ਬੈਕਲੌਗ ਆ, ਜਿਹੜਾ ਇਮੀਗ੍ਰੇਸ਼ਨ ਦੀਆਂ ਫਾਈਲਸ ਨੇ, ਸਟੂਡੈਂਟ ਦੀਆਂ ਫਾਈਲਸ ਨੇ, ਜਿਹੜੀਆਂ 18 ਲੱਖ ਐਪਲੀਕੇਸ਼ਨਸ ਪੈਂਡਿੰਗ ਪਈਆਂ, ਔਰ ਉਹ ਮਿਨਿਸਟਰ ਨੇ ਖੁਦ ਇਹ ਵਰਡ ਆਪਣੇ ਮੂੰਹ ਯੂਜ਼ ਕੀਤੇ ਕਿ ਇਹ ਫਰਸਟ੍ਰੇਟਿੰਗ ਆ, ਬਿਕੋਜ਼ ਇੰਨੇ ਸਮਾਂ ਲੰਬਾ ਵੇਟ ਕਰਨਾ ਇਹ ਸਾਰਿਆਂ ਦੇ ਲਈ ਇਹ ਵਾਕਿਆ ਹੀ ਫਰਸਟ੍ਰੇਸ਼ਨ ਵਾਲਾ ਕੰਮ ਹੈ। ਔਰ ਕੈਨੇਡਾ ਨੇ ਇੱਕ ਸਾਖ ਬਣਾਈ ਆਪਣੀ ਓਵਰ ਦਾ ਈਅਰਸ, ਜਿਹਨੂੰ ਕਹਿੰਦੇ ਕਿ ਕੈਨੇਡਾ ਨੇ ਆਪਣੀ ਕ੍ਰੈਡੀਬਿਲਟੀ ਲੂਜ਼ ਨਹੀਂ ਕਰਨਾ ਚਾਹੁੰਦਾ। ਬਿਕੋਜ਼ ਪੈਂਡਾਮਿਕ ਤੋਂ ਬਾਅਦ ਕੈਨੇਡਾ ਦੇ ਕੋਲ ਇੱਕ ਟਾਰਗੇਟ ਸੀਗਾ ਕਿ 4,01,000 ਜਿਹੜੀਆਂ ਐਪਲੀਕੇਸ਼ਨਸ ਨੂੰ ਉਹ ਉਹਨਾਂ ਨੇ ਟੀਚਾ ਹਾਸਲ ਕਰਨਾ ਸੀ। ਸੋ ਇਸੇ ਵਜ੍ਹਾ ਨਾਲ ਕੈਨੇਡਾ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਰੋਕਿਆ ਨਹੀਂ, ਔਰ ਉਹਦਾ ਨਤੀਜਾ ਇਹ ਹੋਇਆ ਕਿ ਘਰੋਂ ਘਰੋਂ ਬੈਠੀ ਸਭ ਜਨਤਾ ਨੇ, ਸਾਰੇ ਜਿੰਨੇ ਵੀ ਐਪਲੀਕੈਂਟਸ ਨੇ, ਸੋ ਇੱਕ ਟਾਰਗੇਟ ਲੈ ਲਿਆ ਕਿ ਘਰ ਫ੍ਰੀ ਬੈਠੇ ਆ, ਚਲੋ ਇਮੀਗ੍ਰੇਸ਼ਨ ਦੀ ਫਾਈਲ ਹੀ ਪਾ ਲਈਏ। ਸੋ ਉਹ ਜਿਹੜਾ ਐਪਲੀਕੇਸ਼ਨਸ ਦਾ ਬੈਕਲੌਗ ਬਰਡਨ ਉਹ ਵੱਧਦਾ ਵੱਧਦਾ ਬਹੁਤ ਜ਼ਿਆਦਾ ਵੱਧ ਗਿਆ। ਔਰ ਅਸੀਂ ਵੇਖਿਆ ਵੀ ਹੈ ਕਿ ਕੈਨੇਡਾ ਦੇ ਪਿੱਛੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਸੀ ਇਸੇ ਕਰਕੇ, ਔਰ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਕਿਰਕਿਰੀ ਹੋਈ ਸੀ। ਸੋ ਫਾਈਨਲੀ ਸੀਨ ਫਰੇਜ਼ਰ ਜਿਹੜੇ ਕਿ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਇੱਕ ਚੈਨਲ ਨਾਲ ਇੰਟਰਵਿਊ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਕੈਨੇਡਾ ਨੇ $85 ਮਿਲੀਅਨ ਇਨਵੈਸਟ ਕਰਨ ਦਾ ਫੈਸਲਾ ਕੀਤਾ ਹੈ, ਜਾਂ ਕਹਿ ਲਓ ਕਿ ਇਸ ਉਹਦੇ ਲਈ ਨਵੇਂ ਤਰੀਕਾ ਲੱਭਣਗੇ। ਔਰ ਉਹਦੇ ਵਿੱਚ ਉਹਨਾਂ ਇਹ ਵੀ ਮੰਨਿਆ ਕਿ ਜਿੱਦਾਂ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਹਾਰੇ ਦੀ ਗੱਲ ਕਰਦੇ ਸੀ, ਉਹ ਵੀ ਉਹਨਾਂ ਨੇ ਮੰਨਿਆ ਕਿ ਯੈਸ, ਅਸੀਂ ਸਟ੍ਰੀਮਲਾਈਨਡ ਐਲਗੋਰਿਦਮਸ ਯੂਜ਼ ਕਰਦੇ ਹਾਂ, ਜਿਹੜਾ ਕਿ ਐਪਲੀਕੇਸ਼ਨਸ ਲਈ ਜਿਹੜੀ ਪ੍ਰੋਸੈਸਿੰਗ ਨੂੰ 87% ਤੱਕ ਜਿਹੜਾ ਫਾਸਟ ਕਰ ਦਿੰਦਾ ਹੈ। ਹਾਂ, ਹਾਲਾਂਕਿ ਇੱਕ ਚੀਜ਼ ਉਹਨਾਂ ਨੇ ਇਨਕਾਰ ਕੀਤਾ ਹੈ ਕਿ ਜਿਹਨੂੰ ਅਸੀਂ ਕਹਿੰਦੇ ਸੀਗੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਹੀ ਜਿਹੜੀ ਐਪਲੀਕੇਸ਼ਨਸ ਰਿਫਿਊਜ਼ ਹੋ ਰਹੀਆਂ ਹੈ, ਉਹਨਾਂ ਨੇ ਕਿਹਾ ਕਿ ਫਾਈਨਲੀ ਇੱਕ ਵੀਜ਼ਾ ਆਫਿਸਰ ਦੇ ਕੋਲ ਸਟ੍ਰੀਮਲਾਈਨ ਹੋ ਕੇ, ਚੈਨਲਾਈਜ਼ ਹੋ ਕੇ, ਫਿਲਟਰ ਹੋ ਕੇ ਐਪਲੀਕੇਸ਼ਨਸ ਜਾਂਦੀਆਂ ਨੇ, ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਡਿਸੀਜ਼ਨ ਮੇਕਿੰਗ ਆ ਉਹ ਇੱਕ ਵੀਜ਼ਾ ਆਫਿਸਰ ਹੀ ਕਰਦਾ ਆ। ਸੋ ਉਹਦੇ ਵਿੱਚ ਕੰਪਿਊਟਰ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਹੀਂ ਲਈ ਜਾਂਦੀ। ਸੋ ਇਹਦੇ ਨਾਲ ਹੀ 500 ਨਵੇਂ ਜਿਹੜੇ ਲਾਈਕ ਵਰਕਫੋਰਸ ਨੂੰ ਵੀ ਪ੍ਰੋਸੈਸਿੰਗ ਕਰਨ ਲਈ ਹਾਇਰ ਕਰਨ ਦੀ ਗੱਲ ਕਹੀ ਗਈ ਹੈ, ਤਾਂ ਕਿ ਕੈਨੇਡਾ ਨੇ ਪਹਿਲਾਂ ਵੀ ਦੱਸਿਆ ਸੀ ਪੈਂਡੈਮਿਕ ਦੇ ਸਮੇਂ ਦੌਰਾਨ ਵੀ ਐਪਲੀਕੇਸ਼ਨ ਦਾ ਲੋਡ ਤਾਂ ਵੱਧ ਰਿਹਾ, ਬਿਕੋਜ਼ ਕੈਨੇਡਾ ਨੇ ਆਪਣੇ ਆਪ ਨੂੰ 30% ਕਪੈਸਿਟੀ ਦੇ ਉੱਪਰ ਦੱਸਿਆ ਸੀ ਕਿ ਅਸੀਂ ਕੰਮ ਕਰ ਰਹੇ ਹਾਂ। ਸੋ ਉਹ ਓਬਵੀਅਸਲੀ ਉਹ ਜਿਹੜੀ 30% ਤੋਂ ਹੌਲੀ ਹੌਲੀ ਜਿਹੜੀ ਕਪੈਸਿਟੀ ਇਨਕਰੀਜ਼ ਹੋਈ ਹੈ, ਹੁਣ ਫਾਈਨਲੀ ਉਹਨੂੰ 100% ਦੇ ਉੱਪਰ ਕੰਮ ਕਰਨ ਦੇ ਉੱਪਰ ਜ਼ੋਰ ਦਿੱਤਾ ਗਿਆ ਹੈ। ਔਰ ਹਾਲੇ ਵੀ 1.8 ਮਿਲੀਅਨ 18 ਲੱਖ ਐਪਲੀਕੇਸ਼ਨ ਵੈਂਡਿੰਗ ਨੇ, ਔਰ ਉਹਨਾਂ ਦਾ ਨਿਪਟਾਰੇ ਦੇ ਲਈ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਔਰ ਅਲਟੀਮੇਟਲੀ ਉਹਨਾਂ ਨੇ ਫਾਈਨਲੀ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕਿਹਾ ਕਿ ਜਿਹੜਾ ਵੇਟ ਪੀਰੀਅਡ ਆ ਉਹ 20 ਮਹੀਨੇ ਤੋਂ 3 ਸਾਲ ਦਾ ਆ, ਜਿਹੜਾ ਕਿ ਵਾਕਿਆ ਹੀ ਮਤਲਬ ਪਰੇਸ਼ਾਨ ਕਰਨ ਵਾਲਾ ਹੈ। ਔਰ ਫਾਈਨਲੀ ਇੱਕ ਜਿਹੜੀ ਸ਼ੋਰਟੇਜ ਆ, ਤਿੰਨ ਬੇਸਿਕਲੀ ਚਰਨਾਂ ਦੇ ਵਿੱਚ ਇਹਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਕਿਹਨੂੰ ਸਟ੍ਰੀਮਲਾਈਨ ਜਾਂ ਪ੍ਰੋਸੈਸ ਫਾਸਟ ਕਰਨ ਦੀ ਲੋੜ ਆ। ਪਹਿਲਾ ਹੈਗਾ ਸਟੂਡੈਂਟਸ, ਬਿਕੋਜ਼ ਸਟੂਡੈਂਟ ਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਸਭ ਤੋਂ ਵੱਧ ਨੇ, ਔਰ ਸਭ ਤੋਂ ਵੱਧ ਤਰਜੀਹ ਹੁੰਦੀ ਹੈ, ਬਿਕੋਜ਼ ਉਹ ਐਪਲੀਕੇਸ਼ਨਸ ਨਾਲ ਆਪਣੇ ਪੈਸਾ ਵੀ ਲੈ ਕੇ ਆਉਂਦੇ ਆ, ਇਕਨੋਮੀ ਨੂੰ ਵੀ ਬੂਸਟ ਕਰਦੇ ਆ। ਔਰ ਫਾਈਨਲੀ ਇਹ ਹੀ ਫੋਰਨ ਵਰਕਰਸ ਵਾਲੀ ਕੈਟਾਗਰੀ ਦੇ ਵਿੱਚ ਵੀ ਜਾਂਦੇ ਨੇ, ਔਰ PR ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਇਹਨਾਂ ਸਟੂਡੈਂਟਸ ਦੇ ਵਿੱਚੋਂ ਹੀ ਪੂਰਾ ਹੁੰਦਾ ਹੈ। ਸੋ ਦੂਸਰੀ ਕੈਟਾਗਰੀ ਵਿੱਚ ਫੋਰਨ ਵਰਕਰਸ ਨੂੰ ਕਿਹਾ ਗਿਆ ਕਿ 1 ਮਿਲੀਅਨ ਜਿਹੜੇ ਫੋਰਨ ਵਰਕਰਸ ਦੀ ਰਿਕੁਆਇਰਮੈਂਟ ਆ, ਔਰ 100% ਇਹ ਫੋਰਨ ਵਰਕਰਸ ਹੀ ਇਹਨੂੰ ਪੂਰਾ ਕਰਦੇ ਆ। ਔਰ ਪਿਛਲੇ ਐਪਲੀਕੇਸ਼ਨਸ ਦੇ ਬੈਕਲੌਗ ਕਾਰਨ ਇਹ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਜੋਬਸ ਆ ਲਗਾਤਾਰ ਉਹਦੀ ਕਮੀ ਪਾਈ ਲਾਈਕ ਅਬੰਡੈਂਸ ਪਾਈ ਜਾ ਰਹੀ ਆ, ਔਰ ਲਗਾਤਾਰ ਜੋਬਸ ਫਿੱਲ ਨਹੀਂ ਹੋ ਰਹੀਆਂ। ਤੀਸਰੀ ਜਿਹੜੀ ਉਹਨਾਂ ਨੇ ਕੈਟਾਗਰੀ ਬੋਲੀ ਆ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਆ, ਉਹਨਾਂ ਦੀਆਂ ਐਪਲੀਕੇਸ਼ਨਸ ਆ, ਉਹਨਾਂ ਨੂੰ ਵੀ ਫਾਸਟ ਕਰਨ ਦੀ, ਤਾਂ ਕਿ ਵੀ ਜਿਹੜੀ ਕੈਨੇਡਾ ਦੇ ਵਿੱਚ ਫੈਮਿਲੀਜ਼ ਦੀ ਰੀਯੂਨੀਅਨ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਵੀ ਤੇਜ਼ ਕੀਤਾ ਜਾ ਸਕੇ। ਸੋ ਦੋਸਤੋ, ਕੈਨੇਡਾ ਨੂੰ ਅਸੀਂ ਬਾਏ ਵਨ ਗੈਟ ਵਨ ਦੇ ਨਾਲ ਨਾਲ ਜਾਣਦੇ ਹਾਂ, ਬਿਕੋਜ਼ ਕੈਨੇਡਾ 'ਚ ਇੱਕ ਦਾ ਵੀਜ਼ਾ ਲਓ, ਆਲਮੋਸਟ ਅਸੀਂ ਵੇਖਦੇ ਹਾਂ ਕਿ ਉਸ ਤੋਂ ਬਾਅਦ ਸਾਰੇ ਪਰਿਵਾਰ ਦੇ ਵੀਜ਼ਾਜ਼ ਲੈਣੇ ਕਾਫੀ ਆਸਾਨ ਹੋ ਜਾਂਦੇ ਆ। ਸੋ ਇਹ ਤੇ ਇਸੇ ਤਹਿਤ ਹੀ ਕੈਨੇਡਾ ਦੇ ਵਿੱਚ ਫੈਮਿਲੀ ਐਪਲੀਕੇਸ਼ਨਸ ਦਾ ਬਹੁਤ ਜ਼ੋਰ ਹੈ, ਔਰ ਅਸੀਂ ਵੀ ਹਰ ਸਾਲ ਬਹੁਤ ਸਾਰੀਆਂ ਫੈਮਿਲੀ ਦੀਆਂ ਐਪਲੀਕੇਸ਼ਨਸ ਲਾਉਂਦੇ ਹਾਂ। ਉਹਦੇ ਵਿੱਚ ਟੂਰਿਸਟ ਵੀਜ਼ਾਜ਼ ਨੇ, ਬੱਚਿਆਂ ਨੂੰ ਮਿਲਣ ਜਾਣਾ ਹੋ ਗਿਆ, ਔਰ ਜਿਹੜੇ ਸਟੂਡੈਂਟਸ ਪੜ੍ਹਦੇ ਨੇ ਉਹਨਾਂ ਦੇ ਕੋਲ ਤਕਰੀਬਨ ਉਹਨਾਂ ਦੇ ਫੈਮਿਲੀ ਮੈਂਬਰਸ ਸਾਰੇ ਜਾ ਸਕਦੇ ਨੇ, ਔਰ ਵੀਜ਼ਾ 10-10 ਸਾਲ ਦੇ ਵੀਜ਼ਾ ਲੈ ਸਕਦੇ ਆ। ਇਹ ਲਗਾਤਾਰ ਐਪਲੀਕੇਸ਼ਨ ਅਸੀਂ ਪ੍ਰੋਸੈਸ ਕਰਦੇ ਹਾਂ। ਸੋ ਅਲਟੀਮੇਟਲੀ ਕੈਨੇਡਾ ਨੇ ਜਿਹੜੀ ਕ੍ਰੈਡੀਬਿਲਟੀ ਲੂਜ਼ ਹੋਈ ਆ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਸਮੇਂ ਦੇ ਕਾਰਨ, ਉਹਦੇ ਉੱਪਰ ਖਾਸ ਜ਼ੋਰ ਦਿੱਤਾ ਕਿ ਅਸੀਂ ਉਹ ਜਿਹੜੀ ਸਾਡੇ ਕੋਲ ਲਗਾਤਾਰ ਵਾਧਾ ਹੋ ਰਿਹਾ ਬੈਕਲੌਗ ਦੇ ਵਿੱਚ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਟਾਇਆ ਜਾਵੇ।
ਔਰ ਉਮੀਦ ਕਰਦੇ ਹਾਂ ਕੈਨੇਡਾ ਦੇ ਨਾਲ ਇਹ ਵੀ ਇਹਦੇ ਨਾਲ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਅਸੀਂ ਇਹਦੇ ਨਾਲ ਕੋਈ ਵੀ ਜਿਹੜੀ ਇਸ ਸਾਲ 411,000 ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਅਸੀਂ PR ਵਾਲੇ ਪ੍ਰੋਗਰਾਮ ਹੈ ਉਹਦੇ ਵਿੱਚ ਕੋਈ ਕਟੌਤੀ ਨਹੀਂ ਕਰਨ ਜਾ ਰਹੇ। ਪਰ ਇੱਕ ਪਿਛਲੇ ਵੀਡੀਓ ਦੇ ਵਿੱਚ ਇਹ ਸਾਫ਼ ਕੀਤਾ ਗਿਆ ਕਿ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਫਾਈਲਸ ਨੇ ਉਹ ਆਲਰੇਡੀ ਪਿਛਲੇ ਜਿਹੜੇ ਬੈਕਲੌਗ ਦੇ ਵਿੱਚੋਂ ਹੀ ਨਿਕਲ ਆਉਣੀਆਂ। ਸੋ ਇਹ ਇੱਕ ਇਸ਼ਾਰੇ ਦੇ ਨਾਲ ਵੀ ਕਿਹਾ ਗਿਆ ਕਿ ਅਸੀਂ ਕਟੌਤੀ ਨਹੀਂ ਕਰ ਰਹੇ, ਬਟ ਮੇਰੇ ਖਿਆਲ ਨਾਲ ਉਹ ਨਵੀਆਂ ਐਪਲੀਕੇਸ਼ਨਸ ਲੈਣੀਆਂ ਵੀ ਬਹੁਤ ਘਟਾ ਦੇਣਗੇ। ਸੋ ਦੋਸਤੋ ਲਗਾਤਾਰ ਇਸ ਚੈਨਲ 'ਤੇ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਜਾ ਰਹੇ ਹਾਂ, ਲਗਾਤਾਰ ਤੁਹਾਨੂੰ ਜਾਣਕਾਰੀਆਂ ਦਿੰਦੇ ਹਾਂ। ਰੋਇਲ ਟਰੈਵਲਸ ਦੇ ਪੇਜ ਦੇ ਉੱਪਰ ਤੁਸੀਂ ਜ਼ਰੂਰ ਬਣੇ ਰਹੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨੋਟੀਫਿਕੇਸ਼ਨ ਨੂੰ ਜ਼ਰੂਰ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਤਾਂ ਨੋਟੀਫਿਕੇਸ਼ਨ ਲਗਾਤਾਰ ਮਿਲਦੀਆਂ ਰਹਿਣ ਔਰ ਇਸ ਵੀਡੀਓ ਨੂੰ ਉਹਨਾਂ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਸਾਂਝੀ ਕਰਿਆ ਕਰੋ ਜਿਨ੍ਹਾਂ ਲਈ ਵਾਕਈ ਫਾਇਦੇਮੰਦ ਹੋ ਸਕਦੀ ਹੈ। ਸੋ ਦੋਸਤੋ ਅਸੀਂ ਹਰ ਤਰ੍ਹਾਂ ਦੀਆਂ ਐਪਲੀਕੇਸ਼ਨ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾਸ ਇੱਥੋਂ ਤੱਕ ਕਿ ਤੁਹਾਡੇ ਜਿਹੜੀ ਫੈਮਿਲੀ ਰੀਯੂਨੀਅਨ ਦੇ ਕੇਸਿਸ ਦਾ ਉਹ ਆਲਮੋਸਟ ਸਾਰੇ ਕੰਟਰੀਜ਼ ਵਿੱਚ ਡੀਲ ਕਰਦੇ ਹਾਂ ਔਰ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 9168 9168 ਨੰਬਰ ਹੈਗਾ ਔਰ ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਸੋ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਸਾਡੇ ਸਭ ਸੋਸ਼ਲ ਮੀਡੀਆ ਚੈਨਲਸ ਯੂਟਿਊਬ, ਇੰਸਟਾ, ਲਾਈਕ ਟਵਿੱਟਰ ਤੋਂ ਕਿਸੇ ਵੀ ਹੈਂਡਲ ਦੇ ਉੱਪਰ ਜਾ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਮਿਲਦੇ ਹਾਂ ਬਹੁਤ ਜਲਦ ਨਵੀਂ ਜਾਣਕਾਰੀ ਨਾਲ। ਸਤਿ ਸ਼੍ਰੀ ਅਕਾਲ ਜੀ।